ਅੱਗੇ ਵਧਦਿਆਂ ਤੇ ਇਸ ਵੇਲੇ ਇੱਕ ਵੱਡੀ ਖਬਰ ਜਿਹੜੀ ਹੈ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੂੰ ਲੈ ਕੇ ਹੈ ਕਿ ਉਹਨਾਂ ਦੇ ਅਸਤੀਫੇ ਤੇ ਸਸਪੈਂਸ ਅਜੇ ਬਰਕਰਾਰ ਹੈ। ਸੋ ਕਰੀਬ 3 ਦਿਨ ਪਹਿਲਾਂ ਮੁੱਖ ਮੰਤਰੀ ਨੂੰ ਸੁਰੇਸ਼ ਕੁਮਾਰ ਵੱਲੋਂ ਅਸਤੀਫਾ ਭੇਜਿਆ ਗਿਆ ਸੀ, ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ। ਅਸਤੀਫਾ ਮਨਜ਼ੂਰ ਹੋਣ ਦੀ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੋ ਚੁੱਕੀ ਹੈ, ਕਿਉਂਕਿ ਮੁੱਖ ਮੰਤਰੀ ਦਾ ਇੱਕ ਬਿਆਨ ਸਾਹਮਣੇ ਆਇਆ ਕਿ ਸਾਰੀਆਂ ਅਫਵਾਹਾਂ ਨੇ। ਪਰ ਸੁਰੇਸ਼ ਕੁਮਾਰ ਨੇ ਜਿਹੜੇ ਪੰਜਾਬ ਸਰਕਾਰ ਦੇ ਜਾਂ ਕਹੀਏ ਕਿ ਜੋ ਬਿਊਰੋਕਰੈਟਸ ਦੇ ਗਰੁੱਪ ਨੇ, ਉਹਨਾਂ ਸਾਰੇ ਗਰੁੱਪਾਂ ਨੂੰ ਲੈਫਟ ਕਰਕੇ ਇੱਕ ਮੈਸੇਜ ਦੇ ਕੇ ਲੈਫਟ ਕੀਤਾ। ਸੋ ਇੱਕ ਥੈਂਕਸ ਮੈਸੇਜ, ਇੱਕ ਗੁੱਡਬਾਏ ਮੈਸੇਜ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸੁਰੇਸ਼ ਕੁਮਾਰ ਵੱਲੋਂ ਉਹਨਾਂ ਸਾਰੇ ਗਰੁੱਪ 'ਚ ਛੱਡਿਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਸਾਰੇ ਗਰੁੱਪ ਲੈਫਟ ਕੀਤੇ, ਜਿਸ ਤੋਂ ਬਾਅਦ ਇਹ ਚਰਚਾਵਾਂ ਜ਼ੋਰਾਂ 'ਤੇ ਨੇ ਕਿ ਜੋ 3 ਦਿਨ ਪਹਿਲਾਂ ਅਸਤੀਫਾ ਦਿੱਤਾ ਗਿਆ ਸੀ ਸ਼ਾਇਦ ਮੁੱਖ ਮੰਤਰੀ ਨੇ ਉਹ ਅਸਤੀਫਾ ਮਨਜ਼ੂਰ ਕਰ ਲਿਆ। ਪਰ ਮੁੱਖ ਮੰਤਰੀ ਵੱਲੋਂ ਅਜੇ ਇਸ ਪੂਰੇ ਮਾਮਲੇ 'ਤੇ ਸਥਿਤੀ ਸਾਫ਼ ਨਹੀਂ ਕੀਤੀ ਗਈ ਹੈ ਕਿ ਅਸਤੀਫਾ ਮਨਜ਼ੂਰ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਸੋ ਕੌਣ ਨੇ ਸੁਰੇਸ਼ ਕੁਮਾਰ ਪਹਿਲੀ ਵਾਰ ਅਗਸਤ 2017 ਦੌਰਾਨ ਪੰਜਾਬ ਦੇ ਚੀਫ ਪ੍ਰਿੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਚੁਣੌਤੀ ਜਿਹੜੀ ਹੈ ਉਹ ਦਿੱਤੀ ਵੀ ਗਈ ਸੀ, ਪਰ ਦੂਜੀ ਵਾਰ ਫਰਵਰੀ 2018 ਦੌਰਾਨ ਹਾਈਕੋਰਟ 'ਤੇ ਉਹਨਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ। ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਮਾਮਲਾ ਕੋਰਟ ਪਹੁੰਚਿਆ ਅਤੇ ਅਦਾਲਤੀ ਹੁਕਮ ਉੱਤੇ ਰੋਕ ਲਾ ਦਿੱਤੀ ਗਈ ਸੀ। ਇਹ ਮਾਮਲਾ ਪੀ ਚਿਦੰਬਰਮ ਨੇ ਲੜਿਆ, ਵਕੀਲ ਵਜੋਂ ਪੀ ਚਿਦੰਬਰਮ ਇਸ ਮਾਮਲੇ ਨੂੰ ਲੜਦੇ ਰਹੇ। ਸੋ ਇੱਕ ਸੇਵਾ ਮੁਕਤ IAS ਅਧਿਕਾਰੀ ਸੁਰੇਸ਼ ਕੁਮਾਰ ਨੂੰ ਸਰਕਾਰ ਵਿੱਚ ਉਦੋਂ ਸ਼ਾਮਲ ਕੀਤਾ ਗਿਆ ਸੀ ਜਦੋਂ ਸਰਕਾਰ ਬਣੀ, ਅਤੇ ਹਾਲਾਂਕਿ ਉਹ ਰਿਟਾਇਰਡ ਨੇ, ਸੇਵਾ ਮੁਕਤ ਹੋ ਚੁੱਕੇ ਨੇ। ਮਾਰਚ 2017 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹਨਾਂ ਨੂੰ ਇਹ ਸੇਵਾ ਦਿੱਤੀ ਗਈ ਸੀ।